ਤੁਹਾਨੂੰ ਪਤਾ ਹੈ ਜ਼ਿੰਦਗੀ ਬੜੀ ਛੋਟੀ ਹੈ, ਆਪਾਂ ਨੂੰ ਲੱਗਦਾ ਆਪਣੀ ਉਮਰ ਬੜੀ ਲੰਮੀ ਹੈ, ਬੜੀ ਚਿਰ ਪਿਆ ਅਜੇ, ਪਰ ਇਹ ਗੱਲ ਸੱਚ ਨਹੀਂ ਹੈ। ਆਪਣਾ ਤਾਂ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਵੀ ਅਗਲਾ ਸਾਹ ਆਵੇ ਕਿ ਨਾ ਆਵੇ, ਇਸ ਲਈ ਖੁਦ ਨੂੰ ਇਸ ਤਰ੍ਹਾਂ ਦੇ ਬਣਾ ਲਓ ਕਿ ਜੇ ਤੁਸੀਂ ਭਲਾ ਘਰ ਦਾ ਪਰਿਵਾਰ ਦਾ ਮੈਂਬਰ ਹੈ, ਭਲਾ ਬਾਹਰ ਯਾਰ ਤੁਹਾਡਾ ਕੋਈ ਯਾਰ ਦੋਸਤ ਹੈ ਜਾਂ ਕੋਈ ਸੱਜਣ ਮਿੱਤਰ ਹੈ ਜਿਸ ਨਾਲ ਤੁਸੀਂ ਕਿਸੇ ਵੀ ਗੱਲ ਤੋਂ ਨਾਰਾਜ਼ ਹੋ ਜਾਂਦੇ ਹੋ, ਤਾਂ ਕਦੀ ਵੀ ਇਹ ਨਾ ਸੋਚੋ ਵੀ ਮੈਂ ਉਸਨੂੰ ਕਦੀ ਨਹੀਂ ਬੁਲਾਉਣਾ, ਉਸਨੇ ਗੁਲਾ ਸ਼ਿਕਵਾ ਰੱਖਣਾ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਲਾਸਟ ਪਲ ਆ ਜਾਵੇ, ਇਸ ਲਈ ਮਾਫ਼ ਕਰਨਾ ਸਿੱਖੋ। ਉਸ ਬਾਰੇ ਨਾ ਸੋਚੋ ਵੀ ਉਹ ਤਾਂ ਆਕੜ ਰੱਖਦਾ ਹੈ, ਹੋ ਸਕਦਾ ਉਹ ਸੋਚਦਾ ਹੋਵੇ ਕਿ ਉਹ ਆਕੜ ਰੱਖਦਾ ਹੈ, ਇਸ ਲਈ ਪਹਿਲਾਂ ਪਹਿਲ ਕਰਕੇ ਆਪ ਉਸਨੂੰ ਬੁਲਾਓ ਅਤੇ ਉਹ ਵੀ ਤੁਹਾਨੂੰ ਬੁਲਾਏਗਾ, ਅਤੇ ਗਿਲੇ ਸ਼ਿਕਵਿਆਂ ਨੂੰ ਦੂਰ ਕਰੋ ਅਤੇ ਜ਼ਿੰਦਗੀ ਨੂੰ ਜੀਓ।